ਗੁਰੂ ਘਰ ਦੇ ਵਿੱਚ ਚੋਰ ਵੜੇ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਹੀ ਵਾਲੇ ਸੀ, ਪਰ ਇਹ ਚੋਰ ਲੋਕਾਂ ਦੇ ਅੜਿੱਕੇ ਚੜ ਗਏ। ਦਰਅਸਲ ਗੁਰੂ ਘਰ 'ਚ ਵੜੇ ਚੋਰਾਂ ਨੇ ਪਹਿਲਾਂ ਸੀਸੀਟੀਵੀ ਦੀ ਤਾਰ ਕੱਟੀ, ਬਾਅਦ ਦੇ ਵਿੱਚ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਅਤੇ ਚੋਰਾਂ ਦੀ ਹਰਕਤ ਲੋਕਾਂ ਨੂੰ ਪਤਾ ਲੱਗ ਗਈ ਅਤੇ ਮੌਕੇ ਤੇ ਲੋਕ ਗੁਰੂ ਘਰ ਪਹੁੰਚੇ ਅਤੇ ਇੱਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ। ਬਾਕੀ ਚੋਰ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਅਤੇ ਫੜੇ ਗਏ ਚੋਰ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਸਮਾਣਾ ਤੋਂ ਸਾਹਮਣੇ ਆਈ ਹੈ। ਸਮਾਣਾ ਦੇ ਉਪ ਮੰਡਲ ਦੇ ਪਿੰਡ ਦੋਦੜਾ ਦੇ ਗੁਰੂ ਘਰ ਦੇ ਵਿੱਚ ਬੀਤੀ ਰਾਤ ਚੋਰ ਦਾਖਲ ਹੋਏ। ਉਹਨਾਂ ਨੇ ਪਹਿਲਾਂ ਸੀਸੀਟੀਵੀ ਕੈਮਰਾ ਦੀ ਤਾਰ ਕੱਟੀ, ਬਾਅਦ ਦੇ ਵਿੱਚ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ। ਚੋਰਾਂ ਦੀ ਹਰਕਤ ਦੇਖ ਕੇ ਕੁਝ ਲੋਕ ਜਾਗ ਗਏ ਤੇ ਇੱਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਿਸ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਂਜੀ, ਲੋਕ ਮਿਲ ਕੇ ਕੀ ਦੱਸ ਰਹੇ ਵੀ ਚਾਰ ਬੰਦੇ ਤੇ ਚਾਰ ਬੰਦੇ ਹਾਂਜੀ ਕੁਛ ਲੈ ਵੀ ਗਏ ਸਾਨ ਚੱਕੇ ਕੀ ਪਤਾ ਜੀ ਖਬਰ ਕੀ ਲੈ ਜਾਂਦੇ ਨਾ ਜੀ ਲਗਾਈ ਫੜ ਲਿਆ ਉਹਨਾਂ ਤੋਂ ਵੀ ਫੜ ਲਈ ਵੀ ਰਿਹਾ ਇੱਕ ਫੜ ਲਿਆ ਜੀ ਹਾਂ ਇੱਕ ਫੜ ਲਿਆ ਹਾਂਜੀ ਹਾਂ ਹੋਰ ਵੀ ਗੱਲ ਕਰਦੇ ਆ ਹਾਂ ਕੀ ਨਾਮ ਆ ਤੁਹਾਡਾ ਬਲਵਿੰਦਰ ਕੌਰ ਹੈ ਹਾਂ ਜਿਹੜੇ ਗੁਰਦੁਆਰੇ ਦੇ ਵਿੱਚ ਚੋਰ ਆਏ ਕੀ ਕੁਛ ਲੈ ਗਏ ਕਿੰਨੇ ਬੰਦੇ ਸੀ ਹੁਣ ਇਹ ਤਾਂ ਬਹੁਤ ਗਲਤ ਕੰਮ ਹੋ ਰਿਹਾ ਸਾਡੇ ਪਿੰਡ 'ਚ ਹੁਣ ਅੱਜ ਤੇ ਸਾਡੇ ਗੁਰੂ ਘਰ 'ਚ ਪਏ ਨੇ ਕੱਲ ਨੂੰ ਸਾਡੇ ਬੰਦੇ ਮੋਟਰਾਂ ਦੇ ਹੁੰਦੇ ਨੇ ਸਾਡੀਆਂ ਕੰਧਾਂ ਵੀ ਟੱਪ ਸਕਦੇ ਨੇ ਇਹ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ ਇਹਨਾਂ ਨੂੰ ਫੜਨਾ ਚਾਹੀਦਾ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਵੀ ਇਹੋ ਜਿਹੀ ਘਟਨਾ ਸਾਡੇ ਪਿੰਡ 'ਚ ਨਾ ਹੋਵੇ ਵੀ ਬਹੁਤ ਗਲਤ ਕੰਮ ਹੋ ਰਿਹਾ ਇੱਥੇ ਸਾਡੇ ਗੁਰੂ ਘਰ ਦੇ ਵਿੱਚ ਇੱਡੀ ਬੇਕਦਰੀ ਹੋ ਗਈ ਹੈ ਇਹ ਆਪਣੀ ਵੀ ਕਰਨਗੇ ਕੱਲ ਨੂੰ ਇਹ ਸਾਡੇ ਪਿੰਡ 'ਚ ਕਈ ਹਿੱਲਾਂ ਹੋ ਗਈਆਂ ਘਟਨਾ ਹੋਈ ਹੈ ਚੋਰੀ ਦੀ ਵਾਰਦਾਤ ਹੋਈ ਹੈ ਗੱਲਬਾਤ ਕਰਦੇ ਹਾਂ ਸਰਦਾਰ ਜੀ ਕੀ ਨਾਮ ਤੁਹਾਡਾ ਨਛੱਤਰ ਸਿੰਘ ਜੀ ਨਛੱਤਰ ਸਿੰਘ ਜੀ ਕਿੰਨੇ ਵਜੇ ਘਟਨਾ ਕਿੰਨੇ ਵਜੇ ਪਤਾ ਲੱਗਿਆ ਪਿੰਡ ਵਾਲਾ ਨੂੰ 12 ਵਜੇ ਦੀ ਤਕਰੀਬਨ 12 ਵਜੇ ਦੀ ਘਟਨਾ ਜੀ ਕਿੰਨੇ ਕੁ ਬੰਦੇ ਦੱਸੇ ਚਾਰ ਬੰਦੇ ਦੱਸਿਆ ਜੀ ਕੈਮਰੇ ਮੇ ਰਿਕਾਰਡ ਹੋ ਗਏ ਕਿਸੇ ਚ ਅੰਦਰ ਵਾਲੇ ਬਾਹਰ ਦੇਖਿਆ ਹੋਣਾ ਜੀ ਇਹਨਾਂ ਨੇ ਸੰਗਤ ਨੇ ਹੋਣਾ ਰਿਕਾਰਡ ਜੀ ਹਾਂ ਤੇ ਕੀ ਮੰਗ ਕਰਦੇ ਪੁਲਿਸ ਆ ਗਈ ਪੁਲਿਸ ਵਾਲੇ ਤੋਂ ਤਾਂ ਇਹੀ ਮੰਗ ਕਰਦੇ ਜੀ ਵੀ ਇਹਨਾਂ ਤੇ ਕਾਰਵਾਈ ਹੋਵੇ ਪੁੱਛ ਗਿੱਛ ਹੋਈ ਜਾਵੇ ਵੀ ਹੋਰ ਕਿਹੜੇ ਬੰਦੇ ਨੇ ਜਿਹੜੇ ਹੋਰ ਤਿੰਨ ਬੰਦੇ ਨੇ ਤਿੰਨ ਬੰਦੇ ਜਿਹੜੇ ਹੋਰ ਨੇ ਉਹਨਾਂ ਤੋਂ ਪੁੱਛ ਗਿੱਛ ਕੀਤੀ ਜਾਵੇ ਵੀ ਕਿਹੜੇ ਕਿਹੜੇ ਨੇ ਕਿੱਥੇ ਦੇ ਨੇ ਘਟਨਾ ਸਾਨੂੰ ਜਾਣਕਾਰੀ ਮਿਲੀ ਹੈ ਜੀ ਰਾਤ ਦੇ 12 ਵਜੇ ਲਵੇ ਗਵਾਂਢੀਆਂ ਨੇ ਦੱਸਿਆ ਰੌਲਾ ਪਾਇਆ ਵੀ ਗੁਰਦੁਆਰੇ ਵਿੱਚ ਚੋਰ ਬੜੇ ਨੇ 12 ਵਜੇ ਤਕਰੀਬ ਤੇ ਸਾਡੇ ਪਿੰਡ ਦਾ ਇੱਕ ਕਾਕਾ ਕਾਕਾ ਕਹਿੰਦੇ ਨੇ ਉਹਨੂੰ ਉਹ ਸਮਾਣੇ ਤੋਂ ਨੇ ਬੰਦੇ ਤਿੰਨ ਚਾਰ ਬੰਦੇ ਇਹਦੇ ਨਾਲ ਕੀ ਨੂੰ ਸਮਾਨ ਲੈ ਗਏ ਸਮਾਨ ਖੋਲ ਗਏ ਦਮੇ ਜਲ ਗਏ ਸੀ ਕੋਈ ਕਾਬੂ ਆ ਗਿਆ ਇੱਕ ਕਾਬੂ ਆ ਗਿਆ ਜੀ ਕਾਕਾ ਕਾਬੂ ਆ ਗਿਆ ਤੇ ਬਾਹਰ ਕੈਮਰੇ ਲੱਗੇ ਥੋੜੇ ਬਾਹਰਲੇ ਪਾਸੇ ਬਾਹਰਲੇ ਪਾਸੇ ਹੈਗੇ ਜੀ ਅੰਦਰ ਅੰਦਰ ਹੈਗੇ ਨੇ ਅੰਦਰ ਜੋ ਅੰਦਰ ਕੁਝ ਕੀਤਾ ਉਹਨਾਂ ਨੇ ਉਹ ਰਿਕਾਰਡਿੰਗ ਹੋਈ ਹੈ ਅੰਦਰ ਨਾਲ ਜਦੋਂ ਵੜ ਗਿਆ ਜੀ ਗੇਟ ਖੁੱਲ ਕੇ ਉਹਦਾ ਰੌਲਾ ਪੈ ਗਿਆ ਉਹਦੀ ਵਾਪਸ ਨਿਕਲ ਗਿਆ ਉਹ ਨਹੀਂ ਅੰਦਰ ਬੜੇ ਹੋਣਗੇ ਉਸ ਟਾਈਮ ਤੋਂ ਅੰਦਰ ਦਾ ਕੈਮਰਾ ਚੱਲ ਰਿਹਾ ਹੋਣਾ ਕਿਉਂਕਿ ਲਾਈਟ ਹਲੇ ਉੱਥੇ ਤੱਕ ਗਈ ਨਹੀਂ ਲੈਂਡ ਕੱਟ ਕੇ ਬੜਿਆ ਅੰਦਰ ਲਾਈਟ ਵੀ ਕੱਟ ਹਾਂ ਲਾਈਟ ਕੱਟਦੀ ਉਹਦੀ ਪੱਟਦੇ ਕੱਟਣ ਤੋਂ ਬਾਅਦ ਰੌਲਾ ਪੈ ਗਿਆ ਪਿੰਡਲ ਨੇ ਜੋ ਸਾਨੂੰ ਦੱਸਿਆ ਜੀ ਰਾਤ ਕਿਨੇ ਹੈਗਾ ਸੀ ਟਾਈਮ ਲੇਟ ਕਾਫੀ ਰਾਤ ਦਾ ਟਾਈਮ ਸੀਗਾ ਉੱਥੇ ਕਿਨਾ ਇੱਕ ਦੋ ਬੰਦੇ ਜਿਹੜੇ ਗੁਰੂ ਘਰ ਦੇ ਵਿੱਚ ਜੋ ਇੱਕ ਬੰਦਾ ਲਖਵੀਰ ਸਿੰਘ ਹੈਗਾ ਪੁੱਤਰ ਗੁਰਪ੍ਰੀਤ ਸਿੰਘ ਇੱਕ ਬੰਦਾ ਹੈਗਾ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਦੁੱਧਰੇ ਪਿੰਡ ਦੀ ਰਹਿਣ ਵਾਲੇ ਨੇਗੇ ਐਕਚੁਅਲੀ ਡਿਕਟ ਹੈਗੇ ਨੇਗੇ ਡਿਕਟ ਹੈਗੇ ਨੇ ਨਸ਼ੇ ਦੀ ਪੂਰਤੀ ਲਈ ਠੀਕ ਹੈ ਨਾ ਇਹ ਚੋਰੀ ਕਰਨ ਦੀ ਨੀਤ ਨਾਲ ਇਹ ਜਿਹੜੇ ਹੈਗੇ ਨੇ ਗੁਰੂ ਘਰ ਦੇ ਵਿੱਚ ਇਹ ਬੜੇ ਸੀਗੇ ਠੀਕ ਹੈ ਉਸ ਸੰਬੰਧੀ ਸਾਡੇ ਚੌਂਕੀ ਇੰਚਾਰਜ ਵੱਲੋਂ ਇੱਕ ਜਿਹੜਾ ਹੈਗਾ ਚੋਰ ਜਿਹੜਾ ਲਖਵੀਰ ਸਿੰਘ ਮੌਕੇ 'ਤੇ ਲੋਕਾਂ ਨੇ ਫੜ ਕੇ ਉਹਨਾਂ ਦੇ ਹੈਂਡਓਵਰ ਕੀਤਾ ਸੀ ਜਿਸ ਤੋਂ ਪਾਸੋਂ ਅਸੀਂ ਹੁਣ ਸਖਤੀ ਨਾਲ ਪੁੱਛਗਿੱਛ ਕਰਦੇ ਹਾਂ ਜੋ ਵੀ ਦਰਾਂ ਨੇ ਪੁੱਛਗਿੱਛ ਜੋ ਗੱਲ ਸਾਹਮਣੇ ਆਊਗੀ ਅਸੀਂ ਉਸ ਸੰਬੰਧੀ ਇਹਦੇ ਖਿਲਾਫ਼ ਬਣਦੀ ਕਾਨੂੰਨੀ ਕਰ ਲਈ ਚਾਰ ਮੁੰਡੇ ਕਹਿ ਰਹੇ ਇੱਕ ਪਿੰਡ ਦਾ ਤਿੰਨ ਹੋਰ ਦੱਸ ਰਹੇ ਨਹੀਂ
ਇਹ ਜੋ ਮੈਂ ਇੰਟਰੋਗੇਸ਼ਨ ਅਤੇ ਉਹਦੇ ਨਾਲ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਆ, ਉਹ ਦੱਸਿਆ ਵੀ ਅਸੀਂ ਦੋਵੇਂ ਬੰਦੇ ਸੀਗੇ, ਦੋ ਬਸਿੰਦੇ ਨੇ। ਇਹਨਾਂ ਨੇ ਹੋਰ ਵੀ ਦੱਸਿਆ ਵੀ ਅਸੀਂ ਇਹਨਾਂ ਦੇ ਕੁਝ ਦਿਨ ਪਹਿਲਾਂ ਸਕੂਲ ਦੇ ਵਿੱਚੋਂ ਵੀ ਕਣਕ ਵਗੈਰਾ ਉਹ ਵੀ ਮੰਨਿਆ ਵੀ ਇਹ ਮੈਂ ਚੋਰੀ ਕੀਤੀ ਸੀਗੀ, ਠੀਕ ਆ। ਇਹ ਜੋ ਨਸ਼ੇ ਦੀ ਆਪਣੀ ਪੂਰਤੀ ਲਈ ਜਿਹੜਾ ਹੈਗਾ ਟਿਕਟ ਹੈਗੀ ਨੇ, ਅਤੇ ਨਸ਼ੇ ਦੀ ਪੂਰਤੀ ਲਈ ਇਹ ਜਿਹੜਾ ਕੁਛ ਕਰ ਰਹੇ ਤਾਰ ਸਿੰਘ। ਜਿਹੜੇ ਬੰਦੇ ਕੋਈ ਵੀ ਐਨੀਵਨ ਹੈ ਜੇ ਟੂ ਵੀਲਰ ਦੇ ਮੂੰਹ ਟੱਕੇ ਜਾਂਦੇ, ਉਹਨਾਂ ਦੇ ਖਿਲਾਫ਼ ਐਕਸ਼ਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਵਾਰਦਾਤ ਕਰ ਰਹੇ, ਜਿਹੜੇ ਪਛਾਣ ਨਹੀਂ ਆਉਂਦੇ ਚਲੇ ਜਾਂਦੇ ਤੁਰ ਜਾਂਦੇ, ਨਾ ਜਾਓ ਨੰਬਰ ਵੀ ਨਹੀਂ ਹੁੰਦਾ ਇਹਨਾਂ ਦੇ ਮੋਟਰਸਾਈਕਲਾਂ 'ਤੇ। ਇੱਕ ਉਸ ਸੰਬੰਧੀ ਅਸੀਂ ਜਦੋਂ ਕਦੋਂ ਵੀ ਨਾਕਾਬੰਦੀ ਲਾਉਂਦੇ ਹਾਂ ਅਸੀਂ, ਜਦੋਂ ਕੋਈ ਇਹੋ ਜਿਹਾ ਸਾਨੂੰ ਕੋਈ ਬੰਦਾ ਮੂੰਹ ਢੱਕਿਆ ਵਾਲਾ ਜਾਂ ਕੱਪੜਾ ਮੂੰਹ ਦੇ ਸਿਰ 'ਤੇ ਬੰਨਿਆ ਮਿਲਦਾ, ਅਸੀਂ ਉਹਦੇ ਖਿਲਾਫ਼ ਉਹਦਾ ਮਨ ਦਾ ਚਲਾਨ ਕੱਟਦੇ ਹਾਂ ਅਸੀਂ ਉਸ ਸੰਬੰਧੀ, ਠੀਕ ਹੈ। ਬਾਕੀ ਜਦੋਂ ਕੋਈ ਇਹੋ ਜਿਹਾ ਕੋਈ ਸਾਨੂੰ ਮਿਲੂਗਾ ਤਾਂ ਬਿਲਕੁਲ ਕਿਸੇ ਨੂੰ ਹੀ ਨਹੀਂ ਛੱਡਿਆ ਜਿਹੜਾ ਇਹ ਮਾਮਲਾ ਹੁਣ ਗੁਰਮਤ ਕਰ ਰਹੇ। ਇਸ ਸੰਬੰਧੀ ਅਸੀਂ ਕਦਮ ਦਰਜ ਕਰ ਰਹੇ ਹਾਂ, ਅਸੀਂ ਸੰਬੰਧਿਤ ਜਿਹੜਾ ਹੈ ਪਿੰਡ ਦੇ ਲੋਕ ਬੁਲਾਏ ਨੇਗੇ, ਪਬਲਿਕ ਜਿਹਨੇ ਕੋਈ ਉਹਦਾ ਬਿਆਨ ਲਿਖ ਕੇ ਕੋਈ ਬਿਆਨ ਲਿਖਾਊਗਾ ਸਾਡੇ ਕੋਲ ਤਾਂ ਅਸੀਂ ਉਹ ਕਰਾਂਗੇ। ਬਾਕੀ ਇਹਦੇ ਵਿੱਚ ਹੋਰ ਕੋਈ ਮਕਸਦ ਨਹੀਂ ਹੈਗਾ, ਸਿਰਫ ਇਹ ਨਸ਼ੇ ਦੀ ਪੂਰਤੀ ਲਈ ਜਿਹੜਾ ਕੁਛ।